मैं मुसलमान हूँ। तो तुझे क्या लगता है मैं धर्म देख के चुकता हूँ? जहाँ मर्जी जाए माँ चुका मुझे। आने के लिए कहीं नहीं जाना पड़ेगा। स्टैंड अप कॉमेडी वाले जिहड़े कॉमेडियन ने उन्हें अजकल डायरेक्ट कॉमेडी डबल मीनिंग वर्गी कॉमेडी के नाते अजकल वो लचरता फैला रहे हैं। एक स्टैंड अप कॉमेडियन जो कि एक सरदार है उसने एक्सपोज किया एक कलाकार ने। सरदार जी जो कॉमेडी वगैरह करता है ज़्यादातर हिंदी विच इन्हां दा बहुत बोलबाला है। मिलियन विच इन्हां दे फॉलोवर होंदे ने, लोग इन्हां नूं पसंद करदे आ। पर पहलां तां डबल मीनिंग जोक्स मारदे सी, हुण तां शर्म ही ला दित्ती। ਹੁਣ ਤਾਂ ਸ਼ਰੇਆਮ ਹੀ ਅਸ਼ਲੀਲਤਾ ਫੈਲਾਈ ਜਾ ਰਹੀ ਹੈ, ਸਿੱਧੇ ਤੌਰ 'ਤੇ ਹੀ ਗੱਲ ਮੂੰਹ ਦੇ ਵਿੱਚੋਂ ਕੱਢ ਦਿੰਦੇ ਆ ਅਤੇ ਲੋਕ ਉਹਨਾਂ 'ਤੇ ਹੱਸਦੇ ਹੋ ਰਹੇ। ਜ਼ਿਆਦਾਤਰ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜੇ ਸ਼ੋਅ ਹੁੰਦੇ ਨੇ ਇਹਨਾਂ ਦੇ ਵਿੱਚ 30 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਲੇਡੀਜ਼ ਵੀ ਇਹਨਾਂ ਦੇ ਸ਼ੋਅ ਦੇ ਵਿੱਚ ਸ਼ਾਮਿਲ ਹੁੰਦੀਆਂ ਅਤੇ ਕੁੜੀਆਂ ਮੁੰਡੇ ਤਾਂ ਜਾਂਦੇ ਹੀ ਨੇ। ਹੁਣ ਇੱਕ ਕਲਾਕਾਰ ਨੇ ਇਸ ਸਰਦਾਰ ਕਮੇਡੀਅਨ ਦੀ ਰੱਜ ਕੇ ਕਲਾਸ ਲਾਈ ਹੈ, ਰੱਜ ਕੇ ਬੇਇੱਜ਼ਤੀ ਕੀਤੀ ਹੈ, ਨਾਲ ਨਾਲ ਪੋਡਕਾਸਟ ਵਾਲੀ ਦੀ ਵੀ ਕਲਾਸ ਲਾ ਦਿੱਤੀ। ਅੱਜ ਕੱਲ੍ਹ ਪੋਡਕਾਸਟ ਚੈਨਲਾਂ ਦਾ ਬਹੁਤ ਸ਼ੋਰ ਮੱਚਿਆ ਹੋਇਆ, ਪਰ ਇਹਨਾਂ ਨੂੰ ਪੋਡਕਾਸਟ ਦਾ ਮਤਲਬ ਹੀ ਨਹੀਂ ਪਤਾ। ਲਾਈਕ ਵੀ ਫੋਲੋਵਰ ਦੇ ਚੱਕਰ ਵਿੱਚ ਇਹ ਵੀ ਅਸ਼ਲੀਲਤਾ ਫੈਲਾਉਣ ਲੱਗ ਪਏ। ਪੋਡਕਾਸਟ ਵਾਲਿਆਂ 'ਤੇ ਇੱਕ ਇਨਾਮੀ ਕਲਾਕਾਰ ਨੇ ਬੀਤੇ ਕੁਛ ਦਿਨ ਪਹਿਲਾਂ ਸਵਾਲ ਵੀ ਕੀਤੇ ਅਤੇ ਲੋਕਾਂ 'ਤੇ ਨਾਰਾਜ਼ਗੀ ਵੀ ਜਿਤਾਈ ਵੀ ਤੁਸੀਂ ਗਾਣਿਆਂ 'ਤੇ ਤਾਂ ਸਵਾਲ ਕਰਦੇ ਹੋ ਅਤੇ ਲੋਕੋ ਤੁਸੀਂ ਕਦੇ ਇਹਨਾਂ ਪੋਡਕਾਸਟ ਵਾਲਿਆਂ ਨੂੰ ਵੀ ਸਵਾਲ ਕਰੋ ਜਿਹੜੇ ਇਹ ਲੱਚਰਤਾ ਫੈਲਾ ਰਹੇ ਆ। ਤੁਸੀਂ ਗਾਣਿਆਂ ਨੂੰ ਤਾਂ ਕਹਿ ਦਿੰਦੇ ਸੀ ਵੀ ਗਾਣਿਆਂ ਨਾਲ ਲੱਚਰਤਾ ਫੈਲਦੀ ਹੈ, ਫਿਰ ਤੁਸੀਂ ਪੋਡਕਾਸਟ ਵਾਲਿਆਂ 'ਤੇ ਕਿਉਂ ਨਹੀਂ ਬੋਲਦੇ ਜਿੰਨਾ ਸ਼ਰੇਆਮ ਹੀ ਲੋਕਾਂ ਨੂੰ ਬੁਲਾ ਕੇ ਘਰਾਂ ਦੇ ਬੰਦ ਕਮਰਿਆਂ ਦੀਆਂ ਗੱਲਾਂ ਸਾਂਝੀਆਂ ਕਰਦੇ ਆ ਜੋ ਸਮਾਜ ਲਈ ਚੰਗੀਆਂ ਨਹੀਂ। ਅੱਗੇ ਹੀ ਸੋਸ਼ਲ ਮੀਡੀਆ ਨੇ ਲੋਕਾਂ ਦਾ ਬੇੜਾ ਗਰਕ ਕਰਤਾ। ਕਦੇ ਤਾਂ ਕੋਈ ਲੋਕਾਂ ਦੇ ਭਲੇ ਦੀ ਗੱਲ ਕਰ ਲਓ, ਲੋਕਾਂ ਦੇ ਭਲੇ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਉਹ ਲੋਕ ਪੋਡਕਾਸਟਾਂ ਵਿੱਚ ਆਉਂਦੇ ਨੇ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਸਿਵਾਏ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ 'ਤੇ ਲੱਚਰਤਾ ਫੈਲਾਉਣ ਤੋਂ ਇਲਾਵਾ। ਪਰ ਕਲਾਕਾਰ ਦੀ ਇਸ ਗੱਲ 'ਤੇ ਲੋਕਾਂ ਨੇ ਇਤਰਾਜ਼ ਜਤਾਇਆ, ਕਲਾਕਾਰ ਨੂੰ ਹੀ ਗਾਲਾਂ ਕੱਢਣ ਲੱਗ ਪਏ, ਉਸ ਨੂੰ ਹੀ ਮੰਦਾ ਚੰਗਾ ਬੋਲਣ ਲੱਗ ਪਏ। ਸੋ ਮੁੜ ਤੋਂ ਟੌਪਿਕ 'ਤੇ ਆਉਂਦੇ ਹਾਂ ਸਰਦਾਰ ਜੀ ਦੇ ਟੌਪਿਕ 'ਤੇ। ਇਹ ਸਰਦਾਰ ਜੀ ਦਾ ਨਾਮ ਮਹੀਪ ਸਿੰਘ ਹੈ, ਡਬਲ ਮੀਨਿੰਗ ਅਤੇ ਡਾਰਕ ਕਮੇਡੀ ਜੋਕਸ ਹੁੰਦੇ ਨੇ। ਪਰ ਅੱਜ ਕੱਲ੍ਹ ਇਹੋ ਜਿਹੇ ਲੋਕ ਪੋਡਕਾਸਟਾਂ ਵਿੱਚ ਵੀ ਆ ਕੇ ਗਿਆਨ ਦਿੰਦੇ ਆ ਵੀ ਸਮਾਜ ਦਾ ਬਹੁਤ ਬੁਰਾ ਹਾਲ ਹੈ, ਲੋਕਾਂ ਦਾ ਬਾਹਲਾ ਬੁਰਾ ਹਾਲ ਹੋਇਆ ਪਿਆ, ਇਹ ਗਲਤ ਚੀਜ਼ਾਂ ਹੋ ਰਹੀਆਂ। ਦੂਜੇ ਪਾਸੇ ਖੁਦ ਇੱਕ ਲੱਚਰਤਾ ਫੈਲਾਉਣ ਦਾ ਕੰਮ ਕਰਦੇ ਨੇ। ਹੁਣ ਇੱਥੇ ਇਹ ਵੀ ਕਲੀਅਰ ਕਰ ਦਈਏ ਕਿ ਇਹਨਾਂ ਦੇ ਅੰਧਭਗਤ ਫੋਲੋਵਰ ਕਹਿਣਗੇ ਵੀ ਜਿਸ ਨੂੰ ਚੰਗਾ ਨਹੀਂ ਲੱਗਦਾ ਉਹ ਨਾ ਦੇਖਣ, ਉਹਨਾਂ ਲਈ ਬਸ ਇੰਨਾ ਕਹਿਣਾ ਵੀ ਇਹ ਲੋਕ ਸ਼ਰੇਆਮ ਅਸ਼ਲੀਲਤਾ ਵਾਲੀ ਕਮੇਡੀ ਕਰਦੇ ਨੇ। ਇਹ ਆਪਣੇ ਔਫਲਾਈਨ ਸ਼ੋਅ ਕਰਨ, ਉੱਥੇ ਉਹੀ ਬੰਦਾ ਜਾਊਗਾ ਜਿਹੜਾ ਇਹਨਾਂ ਦਾ ਕੰਟੈਂਟ ਦੇਖਣਾ ਚਾਹੁੰਦਾ ਹੈ। ਇਹਨਾਂ ਵਰਗਾ ਲੱਚਰ ਬੰਦਾ ਹੋਊਗਾ, ਅਸ਼ਲੀਲਤਾ ਨੂੰ ਜਿਹੜਾ ਪਸੰਦ ਕਰਦਾ ਹੋਊਗਾ ਉਹੀ ਬੰਦਾ ਜਾਊਗਾ। ਸੋਸ਼ਲ ਮੀਡੀਆ 'ਤੇ ਇਹ ਸਭ ਨਾ ਕਰਨ। ਜੇ ਦੋਸਤੋ ਤੁਹਾਡੇ ਘਰ ਵੀ ਬੱਚੇ ਹੈ, ਤੁਹਾਡੇ ਵੀ ਧੀਆਂ ਭੈਣਾਂ, ਤਾਂ ਅੱਜ ਕੱਲ੍ਹ ਬੱਚੇ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਨੇ ਕਿਉਂਕਿ ਉਹ ਪੜ੍ਹਾਈ ਕਰਦੇ ਆ ਹਰ ਟਾਈਮ। ਬੱਚੇ ਇਹ ਵੀ ਨਹੀਂ ਕਹਿ ਸਕਦੇ ਕਿ ਗੇਮ ਹੀ ਖੇਡਦੇ ਰਹਿੰਦੇ ਆ, ਅੱਜ ਕੱਲ੍ਹ ਇੰਟਰਨੈਟ ਦੀ ਬੱਚਿਆਂ ਨੂੰ ਨੀਡ ਹੈ, ਇਸ ਲਈ ਫੋਨ ਵੀ ਜ਼ਰੂਰੀ ਹੈ। ਧੀਆਂ ਭੈਣਾਂ ਵੀ ਸੋਸ਼ਲ ਮੀਡੀਆ ਦੇਖਦੀਆਂ, ਇਹ ਲੱਚਰਤਾ ਫੈਲਾਉਣਾ ਅਸ਼ਲੀਲਤਾ ਵਾਲੀ ਵੀਡੀਓਜ਼ ਵਗੈਰਾ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨੀਆਂ, ਠੀਕ ਹੈ ਕਿ ਜਿਹੜਾ ਕੁਛ ਇਹ ਕਰ ਰਹੇ ਨੇ ਉਹ ਚੰਗਾ ਕਰ ਰਹੇ। ਬਾਕੀ ਤੁਹਾਨੂੰ ਦੱਸਦੀ ਕਿ ਹੰਸਰਾਜ ਹੰਸ ਨੂੰ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦੇ ਬ੍ਰਦਰ ਪਰਮਜੀਤ ਸਿੰਘ ਜਿਨ੍ਹਾਂ ਦਾ ਕਿ ਇੱਕ ਮੀਡੀਆ ਦਰ ਹੈ PSK ਮੀਡੀਆ ਗਰੁੱਪ, ਉਹਨਾਂ ਦੇ ਵੱਲੋਂ ਮਹੀਪ ਸਿੰਘ ਦੀ ਕਲਾਸ ਲਾਈ ਗਈ ਕਿਉਂਕਿ ਇਹਨਾਂ ਨੇ ਅੱਜ ਤੋਂ ਕੁਛ ਹੀ ਦਿਨ ਪਹਿਲਾਂ ਇੱਕ ਪੋਡਕਾਸਟ 'ਤੇ ਕਈ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਗਈਆਂ ਲੇਡੀਜ਼ ਨੂੰ ਲੈ ਕੇ ਜੋ ਕਿ ਬਿਲਕੁਲ ਹੀ ਗਲਤ ਸੀ। ਲੇਡੀਜ਼ ਨੂੰ ਲੈ ਕੇ ਇਹਨਾਂ ਦੀ ਮਾਨਸਿਕਤਾ ਕੀ ਹੈ ਉਸ ਪੋਡਕਾਸਟ ਦੇ ਵਿੱਚ ਸਾਫ਼ ਝਲਕਦਾ ਹੈ, ਅਤੇ ਉਸ ਪੋਡਕਾਸਟ ਵਾਲੇ ਨੂੰ ਵੀ ਕਾਫ਼ੀ ਲਾਹਨਤਾਂ ਪਾਈਆਂ ਗਈਆਂ। ਪੋਡਕਾਸਟ ਵਾਲੇ ਦੇ ਜਿਹੜਾ ਹੋਸਟ ਹੈ ਉਸਦੇ ਪੋਡਕਾਸਟ ਜਿਹੜੇ ਹੁੰਦੇ ਨੇ ਉਹ ਬਹੁਤ ਵਧੀਆ ਹੁੰਦੇ ਨੇ, ਅੱਜ ਤੋਂ ਪਹਿਲਾਂ ਜਿੰਨਾ ਵੀ ਉਸਦਾ ਕੰਟੈਂਟ ਹੈ ਬਹੁਤ ਵਧੀਆ ਰਿਹਾ, ਪਰ ਵਿੱਚ ਦੀ ਕਈ ਵਾਰ ਕਹਿ ਸਕਦੇ ਕਿ ਇਹੋ ਜਿਹੀ ਗਲਤੀ ਹੋ ਜਾਂਦੀ ਹੈ। ਤਾਂ ਪਰਮਜੀਤ ਸਿੰਘ ਨੇ ਕਮੇਡੀਅਨ ਮਹੀਪ ਸਿੰਘ ਨੂੰ ਲੈ ਕੇ ਆਪਣੀ ਗੱਲਬਾਤ ਰੱਖੀ ਅਤੇ ਇਹਨਾਂ ਨੂੰ ਜਿਹੜੇ ਇਹ ਕਮੇਡੀ ਕਹਿੰਦੇ ਆ, ਜਿਨ੍ਹਾਂ ਨੂੰ ਜਿਹੜੀ ਲੱਚਰਤਾ ਨੂੰ ਜਿਹੜੀ ਅਸ਼ਲੀਲਤਾ ਨੂੰ ਇਹ ਕਮੇਡੀ ਕਹਿੰਦੇ ਆ, ਉਹਨਾਂ ਦਾ ਜਵਾਬ ਵੀ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਸ਼ਰੇਆਮ ਤੁਸੀਂ ਅਸ਼ਲੀਲਤਾ ਫੈਲਾ ਰਹੇ ਹੋ ਕਿ ਤੁਹਾਨੂੰ ਕੋਈ ਸ਼ਰਮ ਨਹੀਂ। ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਜੋ ਕਿ ਤੁਸੀਂ ਅੱਗੇ ਸੁਣ ਸਕਦੇ ਹੋ। ਵੀਡੀਓ ਨੂੰ ਐਂਡ ਤੱਕ ਦੇਖ ਕੇ ਫਿਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ, ਅਤੇ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ਵੀ ਜ਼ਰੂਰ ਲਿਖਿਓ। ਜੀ ਬਿਲਕੁਲ, ਮੈਂ
ਬਹੁਤ ਗੰਦ ਵੇਖਿਆ ਇਹਦਾ, ਇੰਨੀਆਂ ਘਟੀਆ ਗੱਲਾਂ ਕਰਦਾ ਇਹ ਬੰਦਾ, ਪ੍ਰਾਈਵੇਟ ਪਾਰਟਸ ਦੇ ਨਾਮ ਲੈ ਕੇ ਬੰਦਾ ਗੱਲਾਂ ਕਰਦਾ, ਅਤੇ ਆਹ ਬੇਸ਼ਰਮ ਕੁੜੀ ਜਿਹੜੀ ਨਾਲ ਬੈਠੀ ਹੈ ਇਹ ਇੱਦਾਂ ਹਾ 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 ਕਰਕੇ ਹੱਸ ਰਹੀ ਹੈ। ਹੈਗੀ ਇਹ ਵੀ ਪੰਜਾਬ ਬਣਾ ਕੋਈ, ਪਹਿਲੀ ਤਾਂ ਗੱਲ ਹੈ ਵੀ ਉਹ ਆਈ ਥਿੰਕ ਡੇਢ ਘੰਟੇ ਦਾ ਜਾਂ ਦੋ ਘੰਟੇ ਦਾ ਉਹ ਪੋਡਕਾਸਟ ਹੈਗਾ ਆ, ਇੱਕ ਵੀ ਗੱਲ ਕੋਈ ਕੰਮ ਦੀ ਉਹਦੇ ਵਿੱਚ ਗੱਲ ਨਹੀਂ, ਕੋਈ ਚੰਗਾ ਮੈਸੇਜ ਨਹੀਂ, ਬਸ ਪਤਾ ਨਹੀਂ ਕਿਹੜੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਗੱਲਾਂ 'ਤੇ ਹਾਸਾ ਆ ਜਾਂਦਾ। ਕੌਮੇਡੀ ਤਾਂ ਹੁੰਦੀ ਹੈ ਵੀ ਤੁਸੀਂ ਸਾਰਾ ਟੱਬਰ ਬੈਠੇ ਆ ਆਪਣੇ ਪਰਿਵਾਰ ਦੇ ਵਿੱਚ ਬੈਠੇ ਆ, ਸਾਰੇ ਟੱਬਰ ਹੱਸੋ, ਉਹਨੂੰ ਮੈਂ ਕੌਮੇਡੀ ਮੰਨਦਾ। ਕੌਮੇਡੀ ਹੈੱਡਫੋਨ ਲਾ ਕੇ ਸੁਣਨੀ ਪੈਂਦੀ ਹੈ, ਇਹ ਥੋੜ੍ਹੀ ਕੌਮੇਡੀ ਹੁੰਦੀ ਹੈ। ਮੈਂ ਹੁਣ ਜਿੰਨੀ ਮਰਜ਼ੀ ਕਲਾਸ ਇਹਨਾਂ ਦੀ ਲਾ ਦੇਵਾਂ, ਇਹਨਾਂ ਨੂੰ ਸ਼ਰਮ ਨਹੀਂ ਆਉਣੀ ਇਹਨੂੰ, ਬਸ ਇਸ ਚੀਜ਼ ਨੂੰ ਵੀ ਅੱਜ ਕੱਲ੍ਹ ਲੋਕ ਬਸ ਕਹਿੰਦੇ ਵੀ ਸਾਡੇ ਵਿਊ ਬਣ ਰਹੇ ਨੇ, ਬਸ ਹੋਰ ਕੁਛ ਨਹੀਂ ਚਾਹੀਦਾ। ਇਹਦੇ ਮੈਂ ਕਲਿੱਪ ਕੱਢੇ ਵੀ ਸੀ ਪਰ ਮੇਰੀ ਜ਼ਮੀਰ ਨਹੀਂ ਮੰਨੀ ਕਿ ਮੈਂ ਉਹ ਕਲਿੱਪ ਤੁਹਾਨੂੰ ਦਿਖਾਵਾਂ। ਆ ਕੁੜੀ ਵੀ ਗੰਦੀਆਂ ਗੱਲਾਂ ਤੋਂ ਹੱਸ ਰਹੀ ਹੈ ਅਤੇ ਮੂਹਰੇ ਥੋੜ੍ਹੀ ਜਿਹੀ ਆਡੀਅੰਸ ਬੈਠੀ, ਪਤਾ ਨਹੀਂ ਕਿਹੜੇ ਉਹ ਪਰਿਵਾਰ ਨੇ ਜਿਹੜੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਨੇ ਇਹੋ ਜਿਹੇ ਸ਼ੋਆਂ ਦੇ ਵਿੱਚ ਕਿ ਜਾ ਕੇ ਜਾਓ ਹੱਸੋ ਖੇਡੋ। ਮਤਲਬ ਇਹਨਾਂ ਦੀ ਗੱਲ ਹੀ ਸ਼ੁਰੂ ਹੁੰਦੀ ਹੈ ਪ੍ਰਾਈਵੇਟ ਪਾਰਟਸ ਤੋਂ, ਧੌਲ ਦਾੜੀ ਤੇਰੀ, ਇੰਨੀਆਂ ਗੰਦੀਆਂ ਗੱਲਾਂ ਕਰਦਾ। ਜਿਹਨਾਂ ਨੇ ਕੁਛ ਲੋਕਾਂ ਨੇ ਵੀਡੀਓ ਦੇਖੀ ਹੋਣਗੇ ਉਹਨਾਂ ਨੂੰ ਪਤਾ ਹੋਏਗਾ। ਆਹ ਦੇਖੋ ਜਿਹੜੀ ਤੁਹਾਨੂੰ ਐਸੇ ਸਰਦਾਰ ਦੀ ਇੰਟਰਵਿਊ ਹੋ ਰਿਹਾ, ਇਹ ਸਰਦਾਰ ਦੇਖੋ ਕੀ ਕਹਿ ਰਿਹਾ ਕਿ ਕਿਸੇ ਏਅਰਪੋਰਟ 'ਤੇ ਗਿਆ, ਕਹਿੰਦਾ ਏਅਰਪੋਰਟ 'ਤੇ ਵੱਡੀਆਂ ਵੱਡੀਆਂ ਫੋਟੋ ਲੱਗੀਆਂ ਨੇ ਵਾਸ਼ਰੂਮਾਂ ਦੇ ਵਿੱਚ ਦੇ ਬਾਹਰ ਲੱਗੀਆਂ ਹੁੰਦੀਆਂ ਨੇ ਕਿ ਆਹ ਲੇਡੀਜ਼ ਵਾਸ਼ਰੂਮ, ਇਹ ਮੈਨਸ ਵਾਸ਼ਰੂਮ। ਕਹਿੰਦਾ ਉੱਥੇ ਲਿਖਿਆ ਕੁਛ ਨਹੀਂ ਹੁੰਦਾ। ਇਹ ਕਹਿੰਦਾ ਸਰਦਾਰ ਹੈ ਜਿਹਦੀ ਫੋਟੋ ਦੇਖ ਰਿਹਾ ਨਾਲ, ਇਹ ਕਹਿੰਦਾ ਸਰਦਾਰ ਕਿ ਯਾਰ ਹੁਣ ਕਹਿੰਦਾ ਮੈਂ ਮੈਨਸ ਦੇ ਵਾਸ਼ਰੂਮ ਵਿੱਚ ਕਿਉਂ ਜਾਵਾਂ, ਮੈਂ ਤਾਂ ਕਹਿੰਦਾ ਲੇਡੀਜ਼ ਦੇ ਵਾਸ਼ਰੂਮ ਵਿੱਚ ਜਾਊਂਗਾ ਨਾ ਜਿਹੜੀ ਸੋਹਣੀ ਕੁੜੀ ਦੀ ਫੋਟੋ ਲੱਗੀ ਆ। ਇਸ ਬੰਦੇ ਨੂੰ ਪੁੱਛੇ ਚੱਲ ਤੂੰ ਵਾਸ਼ਰੂਮ 'ਚ ਵੜ ਜਾ, ਲੇਡੀਜ਼ ਵਾਲੇ 'ਚ ਸਾਈਡ 'ਤੇ ਵੜ ਜਾ, ਸੋਚ ਕੇ ਦੇਖ, ਇਮੈਜੀਨੇਸ਼ਨ ਕਰਕੇ ਦੇਖ, ਤੂੰ ਅੰਦਰ ਜਾਵੇਂ ਅਤੇ ਤੇਰੀ ਧੀ, ਤੇਰੀ ਭੈਣ, ਤੇਰੀ ਮਾਂ ਵਾਸ਼ਰੂਮ ਵਿੱਚ ਬੈਠੀ ਹੋਵੇ, ਕਿ ਫਿਰ ਵੀ ਉੱਥੇ ਖੜਾ ਕੇ ਹੋ ਕੇ ਦੇਖੇਗਾ ਉਸ ਮਾਂ ਨੂੰ, ਆਪਣੀ ਭੈਣ ਨੂੰ ਅਤੇ ਆਪਣੀ ਧੀ ਨੂੰ। ਇਹ ਗੱਲ ਕਹਿਣ ਲੱਗੇ ਸੀ ਦਿਮਾਗ 'ਚ ਸਾਡੇ ਇਹੀ ਹੁੰਦਾ ਨਾ ਕਿ ਇਹ ਮੇਰੀ ਭੈਣ ਨਹੀਂ ਗੀ, ਮੇਰੀ ਧੀ ਨਹੀਂ ਗੀ, ਮੇਰੀ ਮਾਂ ਨਹੀਂ ਗੀ ਜਾਂ ਮੇਰੀ ਵਾਈਫ ਨਹੀਂ ਗੀ, ਤਦੇ ਤੁਸੀਂ ਉਸ ਵਾਸ਼ਰੂਮ ਵਿੱਚ ਵੜੋਗੇ ਨਾ। ਆਹ ਸੁਣੋ ਜਿਹੜਾ ਗੱਲ ਤੁਸੀਂ ਦੱਸਿਓ ਕਿ ਇਹ ਗੱਲਾਂ ਇਹੋ ਜਿਹੀ ਕਿਸੇ ਵੀ ਉਮਰ 'ਚ ਨਹੀਂ ਜੱਚਦੀਆਂ, ਪਰ ਇਸ ਉਮਰ ਦੇ ਵਿੱਚ ਆ ਕੇ ਸਰਦਾਰ ਬਣ ਕੇ ਪੱਗ ਬੰਨ ਕੇ ਕੀ ਗੱਲਾਂ ਤੁਹਾਨੂੰ ਜੱਚਦੀਆਂ। ਇਹ ਬੰਦਾ ਪਹਿਲੋਂ ਪਹਿਲੋਂ ਸੋਹਣੇ ਪੋਡਕਾਸਟ ਕਰਦਾ, ਮੈਂ ਦੋ ਤਿੰਨ ਦੇਖੇ ਸੀ ਇਹਦੇ, ਪਰ ਹੁਣ ਬੇਗੈਰਤੀ ਦਾ ਇਹ ਬਸ ਨਾ ਇਹਦੇ ਪੋਡਕਾਸਟ ਦੇਖੋ, ਜਿਸ ਲਾਈਨ ਦੇ ਬੰਦੇ ਨੂੰ ਬਿਠਾਉਣਾ, ਫਰਜ਼ ਕਰ ਲਓ ਕਿਸੇ ਗਾਉਣ ਵਾਲੇ ਨੂੰ ਬਿਠਾ ਲਿਆ, ਉਹਦੇ ਕੰਮ ਦੀ ਗੱਲ ਨਹੀਂ ਕਰਨੀ ਕੋਈ, ਮਤਲਬ ਤੂੰ ਕਿੱਥੋਂ ਗਾਉਣਾ ਸ਼ੁਰੂ ਕੀਤਾ, ਕਿੱਥੋਂ ਸਿੱਖਿਆ ਜਾ ਕੇ, ਕਿਉਂਕਿ ਇਹਨਾਂ ਦਾ ਜਿਹੜਾ ਮਿਊਜ਼ੀਕਲ ਮਾਈਂਡਡ ਨੇਗੇ ਇਹ ਲੋਕ, ਬਸ ਧੱਕੇ ਨਾਲ ਹੋਸਟ ਬਣੇ ਹੋਏ ਲੋਕ ਨੇ ਇਹ ਲੋਕ, ਅਤੇ ਗੱਲਾਂ ਇਹਨਾਂ ਨੇ ਕਰਨੀਆਂ ਉਹ ਕੁੜੀ ਕੋਲੋਂ ਹੀ ਪੁੱਛਣਗੇ, ਕੁੜੀ ਕੋਲੋਂ ਪੁੱਛਣ ਡਿਆ ਤੂੰ ਕਿੰਨੀ ਉਮਰ ਸੀ ਤੇਰੀ, ਅੱਛਾ ਉਹ ਕੁੜੀ ਨੂੰ ਪੁੱਛ ਤੂੰ ਵਰਜਨ ਆ, ਉਹ ਕੁੜੀ ਇੰਨੀ ਬੇਗੈਰਤ ਆ, ਉਹ ਕਹਿ ਰਹੀ ਆ ਨਹੀਂ ਅਖੇ ਮੈਂ ਇੰਨੀ ਸਾਲ ਦੀ ਉਮਰ ਵਿੱਚ ਉਹ ਕਰ ਲਈ ਤਾਂ ਕਰ ਲਈ, ਦੁਰ ਲਾਂਤ ਤੁਹਾਡੇ ਯਾਰ। ਫਿਰ ਉਹ ਫੋਟੋ ਜੀ ਲਾ ਦਿੰਦੇ ਕਿ ਵੱਡੇ ਸਾਰੇ ਵੱਡੀ ਸਾਰੀ ਫੋਟੋ ਆਦਮੀ ਦੀ ਲਾ ਦਿੰਦੇ ਆ, ਇਹ ਵੱਡੀ ਸਾਰੀ ਫੋਟੋ ਔਰਤ ਦੀ ਲਾ ਦਿੰਦੇ ਆ। ਹਾਂਜੀ ਵੀ ਇੱਧਰ ਇਸਤਰੀਆਂ ਇੱਧਰ ਪੁਰਸ਼, ਇਹ ਨਹੀਂ ਲਿਖਿਆ ਹੁੰਦਾ ਕਿ ਇਸਤਰੀਆਂ ਕੇ ਪੁਰਸ਼। ਹੁਣ ਤੁਸੀਂ ਪੁਰਸ਼ ਦੀ ਫੋਟੋ ਲਾਈ ਹੈ ਤੇ ਮੈਂ ਪੁਰਸ਼ ਦੀ ਫੋਟੋ ਵੱਲ ਕਿਉਂ ਜਾਊਂਗਾ ਬਈ, ਹੈ ਨਾ। ਆਹ ਹੁਣ ਦੱਸੋ ਜਿਹੜੀ ਗੱਲ ਇਮਾਨਦਾਰੀ ਨਾਲ ਦੱਸੋ ਯਾਰ, ਆਹ ਜਿਹੜੀ ਗੱਲ ਚੱਲ ਰਹੀ ਹੈ ਕਿ ਹਾਸੇ ਵਾਲੀ ਗੱਲ ਆ, ਜੇ ਮੈਂ ਹੋਸਟ ਹਾਂ ਮੈਂ ਚੈਲੰਜ ਕਰਦਾ ਹਾਂ ਇਸ ਬੰਦੇ ਨੂੰ, ਆਹ ਜਿਹੜਾ ਸਰਦਾਰ ਬੈਠਾ, ਮੈਂ ਚੈਲੰਜ ਕਰਦਾ ਮੇਰੇ ਸ਼ੋਅ ਦੇ ਵਿੱਚ ਆ ਜਾ,
ਮੈਨੂੰ ਵਿਊਆਂ ਕਰਕੇ ਨਹੀਂ ਮੈਂ ਕਹਿੰਦਾ, ਆਈ ਡੋਂਟ ਕੇਅਰ, ਇਹਦਾ ਕਰਕੇ ਮੇਰੇ ਵਿਊ ਮੈਨੂੰ ਚਾਹੀਦੇ ਵੀ ਨਹੀਂ, ਪਰ ਮੈਂ ਚੈਲੰਜ ਕਰਦਾ, ਮੈਂ ਦੱਸਾਂਗਾ ਕਿ ਹੋਸਟਿੰਗ ਕੀ ਹੁੰਦੀ ਹੈ, ਪੋਡਕਾਸਟ ਕੀ ਹੁੰਦਾ। ਇਹ ਬੰਦੇ ਨੂੰ ਕੋਈ ਜਾਣਦਾ ਤਾਂ ਮੇਰੇ ਸ਼ੋਅ ਵਿੱਚ ਲੈ ਕੇ ਆਵੇ, ਮੈਂ ਉਹ ਸਵਾਲ ਕਰਾਂਗਾ, ਜਾਂ ਤਾਂ ਫਿਰ ਜਵਾਬ ਦੇਵੇ ਬੰਦਾ ਮੇਰੇ ਸਵਾਲਾਂ ਦਾ, ਜਾਂ ਫਿਰ ਦੌੜ ਜਾਊਗਾ। ਯਾਰ ਤੁਸੀਂ ਜਿਹੜਾ ਬੰਦਾ ਗੰਦ ਪਾ ਰਿਹਾ ਉਹਨੂੰ ਮੂਹਰੇ ਉਠਾ ਕੇ ਤੁਸੀਂ ਹਾ 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 ਇਹ ਬੰਦਾ ਆ ਕੇ ਬਹੁਤ ਇਹਦੇ ਵਿੱਚੋਂ। ਅੱਛਾ ਇੱਕ ਵੀ ਇੱਕ ਗੱਲ ਇਹ ਕਹਿੰਦਾ ਮੈਨੂੰ ਇੱਦਾਂ ਲੱਗਦਾ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਚੱਲੇ ਹੋ, ਤੁਸੀਂ ਕਿਸੇ ਧਾਰਮਿਕ ਜਗ੍ਹਾ ਚੱਲੇ ਹੋ, ਇਹੋ ਜਿਹੀਆਂ ਗੱਲਾਂ ਇਹ ਬੰਦਾ ਇਸ ਬੇਗੈਰਤ ਬੰਦੇ ਨਾਲ ਕਰ ਰਿਹਾ। ਮੈਂ ਵਾਰ ਵਾਰ ਕਹਿੰਦਾ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਾ, ਮੈਂ ਇਹਨਾਂ ਨੂੰ ਜਾਣਦਾ ਹੀ ਹਾਂ, ਪਰ ਜੇ ਤੁਹਾਡੇ ਕੋਲ ਆਹ ਕੈਮਰਾ ਆਹ ਮਾਈਕ ਆ, ਮਾੜੀ ਮੋਟੀ ਆਪਣੀ ਰਿਸਪੋਂਸੀਬਿਲਟੀ ਸਮਝਣੀ ਚਾਹੀਦੀ ਜਾਂ ਨਹੀਂ ਤੁਹਾਨੂੰ ਸਮਝਣੀ ਚਾਹੀਦੀ। ਇਹ ਮਾਈਕ ਤੋਂ ਇਹ ਕੈਮਰਾ ਮਾਈਕ ਤੋਂ ਬਿਨਾਂ ਜੋ ਮਰਜ਼ੀ ਖੇ ਖਾਓ, ਜੋ ਮਰਜ਼ੀ ਕੁੱਤ ਪੁਣਾ ਕਰੋ, ਕਿਸੇ ਨੂੰ ਕੋਈ ਪਰਵਾਹ ਨਹੀਂ, ਪਰ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਕੀ ਪਰੋਸ ਰਹੇ ਹੋ, ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ। ਤਦੇ ਮੈਂ ਅੱਜ ਲਾਈਵ ਹੋਇਆ, ਮੈਂ ਕਿਹਾ ਲਾਈਵ ਹੋ ਕੇ ਤੁਹਾਡੇ ਬੇਗੈਰਤੀਆਂ ਲੋਕਾਂ ਨੂੰ ਦਿਖਾਉਣਾ। ਉਸ ਬੰਦੇ ਦੀ ਗੱਲ ਵੀ ਮੈਂ ਪੁਰਸ਼ ਦੀ ਫੋਟੋ ਵੱਲ ਕਿਉਂ ਜਾਏਗਾ, ਅਤੇ ਤੇਰੇ ਘਰ ਵੀ ਕੁੜੀਆਂ ਹੈਗੀਆਂ, ਉੱਥੇ ਵਾਸ਼ਰੂਮ 'ਚ ਵੜ ਜਾਇਆ ਕਰ। ਸੋਰੀ, ਮੈਨੂੰ ਇਹ ਗੱਲਾਂ ਕੁਛ ਕਹਿਣੀਆਂ ਪੈਣੀਆਂ ਨੇ। ਤੇਰੇ ਘਰ ਧੀ ਹੈ ਨਹੀਂ, ਤੇਰੇ ਘਰ ਮਾਂ ਹੈ ਨਹੀਂ, ਕਿ ਉਹ ਵਾਸ਼ਰੂਮ ਨਹੀਂ ਜਾਂਦੀਆਂ, ਜਾਂ ਉਹ ਕੱਪੜੇ ਲਾ ਕੇ ਨਹੀਂ ਜਾਂਦੀਆਂ ਵਾਸ਼ਰੂਮ, ਉੱਥੇ ਵੜ ਜਾਇਆ ਕਰ, ਤੈਨੂੰ ਏਅਰਪੋਰਟ ਜਾਣ ਦੀ ਕੀ ਲੋੜ ਆ, ਉੱਥੇ ਵੜ ਕੇ ਦੇਖੇਗਾ ਜੋ ਦੇਖਣਾ, ਉਹਨਾਂ ਨੂੰ ਵੀ ਸਾਰਾ ਸਮਾਨ ਲੱਗਾ ਹੋਇਆ। ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੂੰ ਦੇਖਣ ਜਾਏਗਾ ਵਾਸ਼ਰੂਮ ਦੇ ਵਿੱਚ, ਮਾੜੀ ਮੋਟੀ ਆਪਣੀ ਚਿੱਟੇ ਦਾੜੇ ਦੀ ਅਤੇ ਆਹ ਜਿਹੜੀ ਦਸਤਾਰ ਸਜਾਈ ਹੈ ਇਹਦੀ ਮਾੜੀ ਮੋਟੀ ਸ਼ਰਮ ਕਰ ਲਾ, ਅਤੇ ਆਪਣੀ ਉਮਰ ਦਾ ਲਿਹਾਜ਼ ਕਰ, ਤੂੰ ਗੱਲਾਂ ਕੀ ਕਰ ਰਿਹਾ।